ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਬਿਮਾਰੀਆਂ ਦੇ ਇਲਾਜ ਲਈ ਚਮਤਕਾਰੀ ਜਾਂ दैਵੀ ਪ੍ਰਭਾਵਾਂ ਦਾ ਦਾਵਾ ਕਰਨ ਵਾਲੀਆਂ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮੀਓਪੈਥੀ ਦਵਾਈਆਂ ਦੇ ਇਸ਼ਤਿਹਾਰ ਦੇਣੇ ਗੈਰਕਾਨੂੰਨੀ ਨੇ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਜਨਤਕ ਨੋਟਿਸ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਮੰਤਰਾਲਾ ਕਿਸੇ ਆਯੁਰਵੈਦਿਕ, ਸਿੱਧ, ਯੂਨਾਨੀ ਅਤੇ ਹੋਮੀਓਪੈਥੀ ਕੰਪਨੀ ਜਾ ਇਸ ਦੀ ਦਵਾਈ ਨੂੰ ਨਾਂ ਤਾਂ ਪ੍ਰਮਾਣਿਤ ਕਰਦਾ ਹੈ ਤੇ ਨਾ ਹੀ ਮਨਜ਼ੂਰੀ ਦਿੰਦਾ ਹੈ ਮੰਤਰਾਲਾ ਨੇ ਕਿਹਾ ਹੈ ਕਿ ਕਿਸੇ ਵੀ ਕੰਪਨੀ ਨੂੰ ਜਾਂ ਇਹਨਾਂ ਦਵਾਈਆਂ ਦਾ ਨਿਰਮਾਣ ਕਰਨ ਵਾਲੀਆਂ ਇਕਾਈਆਂ ਨੂੰ ਡਰੱਗ ਅਤੇ ਕੋਸਮੈਟਿਕ ਕਾਨੂੰਨ 1940 ਅਤੇ ਇਸ ਦੇ ਮੌਜੂਦਾ ਆਪਰਾਧਾਨਾ ਅਨੁਸਾਰ ਇਹਨਾਂ ਦਵਾਈਆਂ ਨੂੰ ਬਣਾਉਣ ਦਾ ਲਾਇਸੈਂਸ ਸੰਬੰਧਿਤ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਲਾਇਸੈਂਸੀ ਅਥਾਰਟੀ ਵੱਲੋਂ ਦਿੱਤਾ ਜਾਂਦਾ ਹੈ